ਚੰਡੀਗੜ੍ਹ ਸਥਿਤ ਹੋਟਲ ਤਾਜ ਦੇ ਇੱਕ ਕਰਮਚਾਰੀ ਨੇ ਹੋਟਲ ਦੇ ਵਿੱਚ ਠਹਿਰੀ ਲੜਕੀ ਦੇ ਨਾਲ ਪਹਿਲਾਂ ਦੋਸਤੀ ਕੀਤੀ ਤੇ ਉਸ ਦੇ 12 ਘੰਟਿਆਂ ਬਾਅਦ ਹੀ ਉਸ ਦੇ ਨਾਲ ਜਬਰ ਜਨਾਹ ਕੀਤਾ। ਇਨਾ ਹੀ ਨਹੀਂ, ਲੜਕੀ ਦੇ ਪਰਸ ਵਿੱਚੋਂ 23,000 ਰੁਪਏ ਵੀ ਚੋਰੀ ਕਰ ਲਏ ਨੇ। ਪੁਲਿਸ ਨੇ ਲੜਕੀ ਦੀ ਸ਼ਿਕਾਇਤ ਤੇ ਮੁਲਜ਼ਮ ਦੇ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਇਹ ਘਟਨਾ ਬੀਤੀ ਰਾਤ ਦੀ ਹੋਟਲ ਵਿੱਚ ਠਹਿਰੀ ਹੋਈ ਲੜਕੀ ਦਾ ਜਨਮ ਦਿਨ ਸੀ। ਮੁਲਜ਼ਮ ਕਰਮਚਾਰੀ ਨੇ ਪਹਿਲਾਂ ਉਸ ਦੇ ਨਾਲ ਦੋਸਤੀ ਬਣਾਈ ਅਤੇ ਜਨਮ ਦਿਨ ਮਨਾਉਣ ਦੇ ਬਹਾਨੇ ਉਸ ਨੂੰ ਦੇਰ ਰਾਤ ਸੈਕਟਰ 22 ਸਥਿਤ ਆਪਣੇ ਕਮਰੇ ਚ ਬੁਲਾ ਲਿਆ ਤੇ ਫਿਰ ਜਬਰ ਜਨਾਹ ਕੀਤਾ। ਲੜਕੀ ਨੇ ਹੋਟਲ ਪਹੁੰਚ ਕੇ ਸਵੇਰੇ ਮਾਮਲੇ ਦੀ ਸੂਚਨਾ ਦਿੱਤੀ ਹੈ। ਹਾਲਾਂਕਿ ਲੜਕੀ ਨੇ ਮੈਡੀਕਲ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਹੈ। ਪੁਲਿਸ ਨੇ ਸੀਸੀਟੀਵੀ ਕੈਮਰੇ ਦੀ ਵੀ ਫੁਟੇਜ ਇਕੱਠੀ ਕਰ ਲਈ ਹੈ, ਜਿਸ ਦੇ ਵਿੱਚ ਲੜਕੀ ਹੋਟਲ ਕਰਮਚਾਰੀ ਦੇ ਨਾਲ ਬਾਹਰ ਜਾਣ ਦੀ ਸਾਫ਼ ਵਿਖਾਈ ਵੀ ਦੇ ਰਹੀ ਹੈ। ਹੋਟਲ ਮੇਂ ਸੈਕਟਰ 17 ਮੇਂ ਠਹਿਰੀ ਹੋਈ ਹੈ ਔਰ ਉਸਕੇ ਸਾਥ ਰੇਪ ਹੁਆ ਔਰ ਉਸਕੇ ਕੁਛ ਪੈਸੇ ਵਹਾਂ ਨਹੀਂ ਮਿਲ ਰਹੇ ਤੋ ਉਸ ਯੁਵਤੀ ਕੇ ਕੰਪਲੇਂਟ ਕੇ ਆਧਾਰ ਪੇ ਉਸਨੇ ਜੋ ਹਮੇ ਕੰਪਲੇਂਟ ਦੀ ਹੈ ਉਸਕੇ ਆਧਾਰ ਪੇ ਐੱਫ ਆਈ ਆਰ ਦਰਜ ਕੀ ਹੈ 376 ਔਰ 380 ਕੇ ਤਹਿਤ ਔਰ ਉਸਕੋ ਜੋ ਯੁਵਕ ਹੈ ਜਿਸਕੇ ਐਲੀਗੇਸ਼ਨ ਉਸਨੇ ਲਗਾਏ ਉਸਕੋ ਐਪ੍ਰੀਹੈਂਡ ਕਰ ਲਿਆ ਹੈ ਔਰ ਉਸਮੇ ਜੋ ਅਗਲੀ ਕਾਰਵਾਈ ਹੈ ਵੋ ਹਮ ਕਰ ਰਹੇ ਹੈ।